ਪੁਰਾਣੀ ਕਿੜ ਕੱਢਣ ਦੇ ਲਈ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ। 8 ਨੌਜਵਾਨਾਂ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕਰ ਲਿਆ। ਦੱਸ ਦਈਏ ਕਿ ਦੋ ਦੋਸਤ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਏ ਸੀ, ਜੋ ਹੀ ਵਾਪਸ ਆਏ ਤਾਂ 3 ਗੱਡੀਆਂ ਨੇ ਉਹਨਾਂ ਦਾ ਪਿੱਛਾ ਕੀਤਾ, ਰਸਤੇ ਦੇ ਵਿੱਚ ਘੇਰ ਲਿਆ ਔਰ ਗੱਡੀ ਦਾ ਸੰਤੁਲਨ ਵਿਗੜਨ ਕਰਕੇ ਖੇਤਾਂ ਦੇ ਵਿੱਚ ਜਾ ਪਲਟੀ। ਫਿਰ 3 ਗੱਡੀਆਂ ਦੇ ਵਿੱਚੋਂ ਉੱਤਰ ਕੇ ਬਦਮਾਸ਼ਾਂ ਨੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਕੀਤਾ, ਜਿਸ ਦੇ ਨਾਲ ਦੋਵੇਂ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਅੱਜ ਮੌਤ ਹੋ ਗਈ। ਮਾਛੀਵਾੜਾ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ 3 ਨੌਜਵਾਨ ਘੁੱਗੀ, ਵਾਸੀਆਣ, ਮਾਛੀਵਾੜਾ ਅਤੇ ਬਾਕੀ 5 ਅਣਪਛਾਤਿਆਂ ਸਮੇਤ 8 ਦੇ ਖਿਲਾਫ ਪਰਚਾ ਦਰਜ ਕੀਤਾ। ਪੀੜਤ ਅਮਿਤ ਕੁਮਾਰ ਨੇ ਬਿਆਨ ਦਰਜ ਕਰਵਾਏ ਕਿ ਉਹ ਪ੍ਰਦੀਪ ਦੇ ਨਾਲ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਿਆ ਸੀ। ਵਾਪਸ ਕਾਰ ਦੇ ਰਾਹੀਂ ਜਦੋਂ ਘਰ ਆ ਰਹੇ ਸੀ ਤਾਂ 3 ਗੱਡੀਆਂ ਦੇ ਵੱਲੋਂ ਉਹਨਾਂ ਦਾ ਪਿੱਛਾ ਸ਼ੁਰੂ ਕੀਤਾ ਗਿਆ। ਦੁਸ਼ਹਿਰਾ ਮੈਦਾਨ ਦੇ ਨੇੜੇ ਪਿੱਛਾ ਕਰਕੇ ਗੱਡੀਆਂ ਨੇ ਉਹਨਾਂ ਦੀ ਕਾਰ ਰੋਕ ਲਈ ਅਤੇ ਇੱਕ ਨੌਜਵਾਨ ਜਿਸ ਦੇ ਹੱਥ ਦੇ ਵਿੱਚ ਤੇਜ਼ਧਾਰ ਹਥਿਆਰ ਸੀ, ਉਸਨੇ ਗੱਡੀ ਦੇ ਸ਼ੀਸ਼ੇ 'ਤੇ ਵਾਰ ਕੀਤੇ। ਹਮਲੇ ਦਾ ਡਰ ਹੋਣ ਕਰਕੇ ਉਹਨਾਂ ਨੇ ਗੱਡੀ ਰਤੀਪੁਰ ਰੋਡ ਗੁਰਦੁਆਰਾ ਸ਼੍ਰੀ ਕਿਰਪਾਨ ਭੇਡ ਸਾਹਿਬ ਵੱਲ ਨੂੰ ਭਜਾ ਲਈ ਅਤੇ ਰਸਤੇ ਦੇ ਵਿੱਚ ਸੰਤੁਲਨ ਵਿਗੜ ਗਿਆ ਅਤੇ ਉਹਨਾਂ ਦੀ ਕਾਰ ਖੇਤਾਂ ਦੇ ਵਿੱਚ ਜਾ ਪਲਟੀ। ਪਿੱਛਾ ਕਰ ਰਹੀਆਂ 3 ਗੱਡੀਆਂ ਦੇ ਵਿੱਚੋਂ 7-8 ਨੌਜਵਾਨ ਉਤਰੇ, ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਉਹਨਾਂ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਜ਼ਖਮੀ ਹੋ ਗਏ ਅਤੇ ਨੌਜਵਾਨ ਧਮਕੀਆਂ ਦੇ ਕੇ ਉੱਥੋਂ ਫਰਾਰ ਹੋ ਗਏ ਔਰ ਦੋਵੇਂ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਜਾਨ ਬਚ ਗਈ ਔਰ ਇੱਕ ਦੀ ਮੌਤ ਹੋ ਗਈ। ਇਹਦਾ ਜੀ ਮਿਤੀ 13-14 ਦੀ ਰਾਤ ਦੀ ਗੱਲ ਹੈ, ਦਰਮਿਆਨੀ ਰਾਤ। ਦੋ ਗਰੁੱਪਾਂ ਦਾ ਆਪਸ ਵਿੱਚ ਪਹਿਲਾਂ ਵੀ ਟਸਰਬਾਜ਼ੀ ਕੋਈ ਚੱਲਦੀ ਸੀ। 13-14 ਦੀ ਰਾਤ ਨੂੰ ਪ੍ਰਦੀਪ ਸਿੰਘ ਅਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ, ਜਿਹਦੇ ਰਿਗਾਰਡਿੰਗ ਅਸੀਂ FIR ਨੰਬਰ 20 ਅੰਡਰ ਸੈਕਸ਼ਨ 307, 325, 323, 148, 349 ਦੇ ਤਹਿਤ ਪਰਚਾ ਦਰਜ ਕੀਤਾ ਸੀ। ਅਮਿਤ ਕੁਮਾਰ ਜਿਹੜਾ ਇੰਜਰਡ ਆ ਇਹਦੀ ਸਟੇਟਮੈਂਟ 'ਤੇ। ਉਸ ਤੋਂ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ੍ਹ ਡੈਥ ਹੋਈ ਦੀ ਹੈ, ਫਿਰ ਅਸੀਂ ਸੈਕਸ਼ਨ 302 ਦਾ ਮਰਡਰੀ ਦਾ ਵਾਧਾ ਕੀਤਾ, ਜਿਹਦੇ ਵਿੱਚ ਅਸੀਂ ਦੋ ਮੁਲਜ਼ਮ ਜਿਹੜੇ ਆ ਗੁਰਪ੍ਰੀਤ ਏਲੀਅਸ ਗੋਪੀ ਸਨੋਂ ਹਰਦੀਪ ਸਿੰਘ, ਅਰੁਣ ਸਮਾਜ ਸਨੋਂ ਮਜੀਤ ਸਮਾਜ, ਇਹ ਜਿਹੜੇ ਅਰੈਸਟ ਕੀਤੇ ਸਾਡੇ ਕੋਲ 2 ਦਿਨ ਦੇ ਪੁਲਿਸ ਰਿਮਾਂਡ 'ਤੇ ਆ। ਇਸ ਤੋਂ ਬਿਨਾਂ ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਅਤੇ SP DG ਸਾਹਿਬ ਦੀ ਸੁਪਰਵੀਜ਼ਨ ਦੇ ਥੱਲੇ CA ਅਤੇ ਆਪਣੇ ਦੋਨਾਂ ਥਾਣਿਆਂ ਦੀਆਂ 3 ਪਾਰਟੀਆਂ ਜਿਹੜੀਆਂ ਅੱਡ ਡਿਸਪੈਚ ਕੀਤੀਆਂ ਹੋਈਆਂ, ਜਿਹੜੇ ਬਾਕੀ ਵੀ ਮੁਲਜ਼ਮ ਆ ਉਹ ਛੇਤੀ ਹੀ ਕਾਬੂ ਕਰ ਲਏ ਜਾਣਗੇ। ਸਰ ਮਾਮਲਾ ਕੀ ਸੀਗਾ? ਮਾਮਲਾ ਇਹਦਾ ਲੜਾਈ ਝਗੜਾ ਮਾੜਾ ਮੋਟਾ ਪਹਿਲਾਂ ਹੋਇਆ ਹੋਣਾ, ਉਹ ਤੋਂ ਬਾਅਦ ਹੀ ਐਡੀ ਜਿਹੜੀ ਇਹ ਗੱਲ ਇਹਨਾਂ ਨੇ ਵਧਾਈ। ਇਹਨਾਂ ਦੇ ਵਿੱਚ ਜਿਹੜੇ ਕੁਛ ਇੱਕ ਮੁਲਜ਼ਮ ਹੈ ਜਿਨ੍ਹਾਂ ਦੇ ਸਾਡੇ ਆ ਫਿਗਰ ਹੋ ਰਹੇ ਆ ਦੌਰਾਨੇ ਇਨਵੈਸਟੀਗੇਸ਼ਨ, ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਆ ਇੱਕ ਦੋ। ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਅਨਸਰ ਹੈ ਬਿਲਕੁਲ ਸਖ਼ਤੀ ਨਾਲ ਇਹਨਾਂ ਨੂੰ ਪੇਸ਼ ਆਵਾਂਗੇ, ਕਾਨੂੰਨੀ ਤੌਰ 'ਤੇ ਵੀ ਅਤੇ ਹਰ ਤਰ੍ਹਾਂ ਦੀ ਸਖ਼ਤੀ ਕੀਤੀ ਜਾਊਗੀ। ਜਿਹੜੀ ਬਦਮਾਸ਼ੀ ਹੈ ਇਹ ਬਿਲਕੁਲ ਵੀ ਕਿਸੇ ਵੀ ਕਿਸਮ ਦੇ ਟੋਲਰੇਟ ਨਹੀਂ ਕੀਤੀ ਜਾਊਗੀ, ਬਿਲਕੁਲ ਸਖ਼ਤ ਸੈਕਸ਼ਨ ਦੇ ਤਹਿਤ ਬੁੱਕ ਕਰਾਂ। ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ, ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਅਤੇ ਕਿਰਪਾਨਾਂ ਹੀ ਵਰਤੀਆਂ ਗਈਆਂ। ਕਿੰਨੇ ਜਣਿਆਂ 'ਤੇ ਮਾਮਲਾ ਦਰਜ ਹੋਇਆ? ਮਾਮਲਾ ਅਜੇ 3 ਤੇ 22 ਨੇ ਮੈਂ, ਬਾਕੀ ਅਣਪਛਾਤੇ ਨੇ 5। ਇਹ ਸਾਡੀ ਤਫਤੀਸ਼ ਦਾ ਪਾਰਟ ਹੈ, ਉਹ ਕੈਰੀ ਹੋਣਾ, ਫਿਰ ਤੁਹਾਨੂੰ ਬਾਅਦ 'ਚੋਂ ਡਿਸਕਲੋਜ਼ ਕਰਦਾ।